हरमिंदर सिंह जस्सी दी नुक्कड़ मीटिंगां धार रहीआं ने रैली दा रूप। वख-वख राजनीतिक पार्टियां दे नुमाइंदिआं ने जस्सी दे हक विच चोणां लई साथ दा कीता फैसला। तलवंडी साबो तों आजाद उम्मीदवार हरमिंदर सिंह जस्सी दा हर रोज तूफानी दौरा पिंडां विच लगातार चल रिहा है। गल करदिआं पिंड भगवानगढ़ भूंखिआ वाली दी, जिथे हरमिंदर सिंह जस्सी दे चोण प्रचार लई हाकम बकतड़ी वाला ते बीबा दलजीत कौर ने पिंड वासियां दा गाणिआं नाल मनोरंजन कीता। इस मौके भरमे इकट्ठ नूं संबोधन करदिआं हरमिंदर जस्सी ने कहा कि मैं तुहाडे तों वोटां मंगण आया हां, तुसीं मैनूं 20 फरवरी नूं वोटां पा के जिताओ। मैं अपने हलके तलवंडी साबो तों गुंडागर्दी अते नशिआं दे दरियावां नूं बंद कर दिआंगा। उन्हां कहा कि जो वादे मैं तुहाडे नाल करांगा उन्हां नूं जित्तण तों बाद मैं पूरे भी करांगा। ਇਦਾਂ ਸੀ ਕਿ ਜਿਹੜੇ ਅਸੀਂ MLA ਚੁਣ ਕੇ ਭੇਜਦੇ ਹਾਂ ਉਹ ਤੁਹਾਡੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਖਜ਼ਾਨੇ ਚੋਂ, ਵਿਧਾਨ ਸਭਾ ਦੇ ਸੈਸ਼ਨ ਚੋਂ ਜਦੋਂ ਬਜਟ ਪੇਸ਼ ਹੁੰਦਾ ਉੱਥੋਂ ਸਾਡੇ ਵਾਸਤੇ ਸਕੂਲ ਸਟੇਡੀਅਮ ਲੈ ਕੇ ਆਉਣਗੇ। ਪਰ ਮੇਰੇ ਵੀਰੋ, ਲੀਡਰਾਂ 'ਤੇ ਵਿਸ਼ਵਾਸ ਉੱਠ ਗਿਆ, ਲੋਕ ਲੀਡਰਾਂ 'ਤੇ ਪਾਰਟੀਆਂ 'ਤੇ ਵਿਸ਼ਵਾਸ ਕਰਨੋਂ ਹਟ ਗਏ। ਕਿਉਂਕਿ ਮੇਰੇ ਭਰਾਵੋ, ਜੇ ਅਮਰਿੰਦਰ ਸਿੰਘ ਕਹਿ ਕੇ ਗਿਆ, ਜਿੰਨੇ ਵਾਅਦੇ ਕਰਕੇ ਗਿਆ, ਮੈਂ ਕੋਲੇ ਖੜਾ ਸੀ ਜਿਸ ਤਰ੍ਹਾਂ ਮੇਰਾ ਸਿਕਿਉਰਿਟੀ ਵਾਲਾ ਖੜਾ। ਮੇਰੇ ਵੀਰੋ, ਜਿੰਨੇ ਵਾਅਦੇ ਕਰਕੇ ਗਿਆ ਉਹਨਾਂ 'ਚੋਂ ਇੱਕ ਵੀ ਅਮਰਿੰਦਰ ਸਿੰਘ ਨੇ 4.5 ਸਾਲਾਂ 'ਚ ਨਹੀਂ ਕਰਿਆ। ਇਸ ਕਰਕੇ ਜਨਤਾ ਦੇ ਵਿਸ਼ਵਾਸ ਉੱਠ ਗਿਆ। ਬਾਦਲ ਸਾਹਿਬ ਅਕਾਲੀ ਦਲ ਦੇ 5 ਵਾਰਾਂ ਮੁੱਖ ਮੰਤਰੀ ਰਹੇ। ਬਾਦਲ ਸਾਹਿਬ ਨੇ ਸਾਡੇ ਏਰੀਏ ਵਾਸਤੇ ਇਹੋ ਜਿਹਾ ਵੱਡਾ ਕੋਈ ਕੰਮ ਨਹੀਂ ਕਰਿਆ ਜਿਹੜਾ ਸਾਡੇ ਏਰੀਏ ਵਾਸਤੇ ਰੁਜ਼ਗਾਰ ਦੇ ਸਕਦਾ ਹੋਵੇ, ਜਾਂ ਕੋਈ ਬਹੁਤ ਵੱਡੀ ਸੰਸਥਾ ਖੜੀ ਕਰੀ ਹੋਵੇ, ਜਿਹੜਾ ਸਾਡੇ ਲੋਕਾਂ ਦੀ ਮਦਦ ਕਰਕੇ ਪੜ੍ਹਾਈ 'ਚ ਸਾਡੇ ਬੱਚਿਆਂ ਨੂੰ ਤਕੜਾ ਕਰਕੇ IAS ਅਤੇ PCS 'ਚ ਪਹੁੰਚਾ ਸਕਦਾ ਹੋਵੇ। ਮੇਰੇ ਵੀਰੋ, ਮੈਂ ਤਾਂ ਅੱਜ ਮੰਗਦਾ ਆਪਣੇ ਭਰਾਵਾਂ ਕੋਲ ਮੰਗਣ ਵਾਸਤੇ ਆਇਆ, ਮੈਂ ਕਿਸੇ ਦੀ ਨਿਖੇਧੀ ਕਰਨ ਵਾਸਤੇ ਨਹੀਂ ਆਇਆ। ਪਰ ਦੁੱਖ ਨਾਲ ਕਹਿਣਾ ਪੈਂਦਾ, ਦੁੱਖ ਨਾਲ, ਕਿ ਜਿਹੜੇ 4-4 ਵਾਰ MLA ਬਣੇ ਉਹਨਾਂ ਨੇ ਕਦੇ ਜਾ ਕੇ ਵਿਧਾਨ ਸਭਾ ਦੇ ਅੰਦਰ 4 ਲਫਾਜ਼ ਨਹੀਂ ਬੋਲੇ ਜਿਸ ਤਰ੍ਹਾਂ ਮੈਂ ਹੁਣ ਤੱਕ ਬੋਲ ਸਕਿਆ। 4 ਵਾਰਾਂ MLA ਰਹਿਣ ਵਾਲਾ 4 ਲੈਣਾ ਨਹੀਂ ਬੋਲ ਸਕਿਆ ਕਦੇ। ਉਹ ਜੇ 4 ਲੈਣਾ ਬੋਲਦਾ ਤਾਂ ਇੱਕ ਗਰੀਬਾਂ ਦੀ ਆਵਾਜ਼ ਉਠਾਉਂਦਾ, ਇੱਕ ਕਿਸਾਨਾਂ ਦੀ ਆਵਾਜ਼ ਉਠਾਉਂਦਾ, ਬੇਰੁਜ਼ਗਾਰ ਲੋਕਾਂ ਦੀ ਆਵਾਜ਼ ਉਠਾਉਂਦਾ, ਔਰ ਜਿਹੜੇ ਗਰੀਬ ਸਾਡੇ ਘਰਾਂ ਆਪਣੇ ਗਰੀਬੀ ਨਾਲ ਲੜ ਰਹੇ ਹੈ ਉਹਨਾਂ ਦੀ ਆਵਾਜ਼ ਉਠਾਉਂਦਾ। ਮੈਂ ਕਹਿ ਸਕਦਾ ਸੀਗਾ ਕਿ ਜਿਹੜਾ ਇੱਥੇ ਜੀਤਮਿੰਦਰ ਸਿੰਘ ਸਿੱਧੂ ਅਕਾਲੀ ਦਲ ਦਾ ਉਮੀਦਵਾਰ ਹੈ ਉਹ ਵੋਟਾਂ ਦਾ ਹੱਕਦਾਰ ਹੈ। ਮੇਰੇ ਵੀਰੋ, 2 ਵਾਰਾਂ ਅਕਾਲੀਆਂ ਤੋਂ, 2 ਵਾਰਾਂ ਕਾਂਗਰਸ ਤੋਂ ਵੋਟਾਂ ਲੈ ਗਿਆ, ਦੋਨਾਂ ਪਾਰਟੀਆਂ ਨੂੰ ਗੁੰਮਰਾਹ ਕਰਦਾ ਰਿਹਾ, ਪਬਲਿਕ ਨੂੰ ਗੁੰਮਰਾਹ ਕਰਦਾ ਰਿਹਾ, ਔਰ ਕੇਵਲ ਤੇ ਕੇਵਲ ਆਪਣੇ ਹਸਪਤਾਲ ਬਣਾਉਂਦਾ ਰਿਹਾ। ਜਿਹੜਾ ਕਹਿੰਦਾ ਮੈਂ 4 ਵਾਰਾਂ MLA ਬਣਿਆ, 4 ਮਰੀਜ਼ਾਂ ਦਾ ਇਲਾਜ ਕਰਾਇਆ ਹੋਵੇ ਕੋਰੋਨਾ 'ਚ, 10 ਮੈਕ ਛੱਡ ਕੇ ਜਾ ਸਕਦਾ। ਜਿਹੜਾ ਕਹਿੰਦਾ ਮੈਂ 4 ਵਾਰਾਂ MLA ਬਣਿਆ, 4 ਗਰੀਬਾਂ ਦੇ ਮਕਾਨ ਬਣਾਏ ਹੋਣ, 10 ਮੈਕ ਛੱਡ ਕੇ ਜਾ ਸਕਦਾ। ਮੇਰੇ ਵੀਰੋ, ਇੱਕ ਏਜੰਸੀ ਲੈ ਆਉਂਦੇ, ਇੱਕ ਪਾਰਟੀ ਤੋਂ ਟਿਕਟ ਲੈ ਆਉਂਦੇ ਆ, ਲੋਕਾਂ ਦੇ ਅਧਿਕਾਰ ਖੋਹ ਲੈਂਦੇ ਆ, ਵੋਟਾਂ ਲੈ ਕੇ ਚਲੇ ਜਾਂਦੇ ਆ, ਆਪਣੀਆਂ ਕੋਠੀਆਂ ਤੇ ਬੰਗਲੇ ਬਣਾਉਂਦੇ ਰਹਿੰਦੇ ਆ ਤੇ ਲੋਕ ਪਿੰਡਾਂ 'ਚ ਵਿਕਦੇ ਰਹਿੰਦੇ ਆ। ਇਸ ਕਰਕੇ ਮੇਰੇ ਵੀਰੋ, ਜਿਹੜਾ 4 ਵਾਰਾਂ MLA ਬਣਿਆ, ਜੇ ਮੇਰੀ ਗੱਲ ਦਾ ਜਵਾਬ ਦੇ ਦੇ, ਵੋਟਾਂ ਦਾ ਹੱਕਦਾਰ ਹੋ ਸਕਦਾ। ਇਸੇ ਤਰ੍ਹਾਂ ਸਤਿਕਾਰਯੋਗ ਜਿਹੜੀ ਬੀਬੀ ਸਾਡੇ ਇੱਥੋਂ 5 ਸਾਲ ਸੇਵਾ ਨਿਭਾ ਕੇ ਗਈ ਹੈ, ਉਹਨੇ 5 ਕੰਮ ਕਰਾਏ ਹੋਣ ਹਲਕੇ ਦੇ, ਤਾਂ ਵੀ ਮੈਂ ਕਹਿ ਸਕਦਾ ਸਤਿਕਾਰਯੋਗ ਬੀਬੀ ਵੋਟਾਂ ਦੀ ਹੱਕਦਾਰ ਹੈ। ਅੱਜ ਲੋਕਾਂ ਕੋਲ ਜਦੋਂ ਜਾ ਕੇ ਗੱਲ ਕਰਦੀ ਹੈ ਇੱਕੋ ਗੱਲ ਕਹਿੰਦੀ ਹੈ ਕਿ ਮੇਰੀ ਤਾਂ ਸਰਕਾਰ ਨਹੀਂ ਸੀ, ਸਰਕਾਰ ਤਾਂ ਅੱਜ ਵੀ ਨਹੀਂ ਬਣਨੀ। ਸਰਕਾਰ ਦੇ ਜਿਹੜੇ ਹਾਲਾਤ ਹੈ, ਇਹ ਪੈਦਾ ਜਿਹੜੇ ਹੋ ਰਹੇ ਆ ਹਾਲਾਤ, ਇਹ ਹੰਗ ਆ ਰਹੀ ਹੈ ਸਰਕਾਰ, ਫਿਰ ਵੋਟਾਂ ਲੈ ਕੇ ਚਲੀ ਜਾਏਗੀ, ਫਿਰ ਕਹਿੰਦੇਗੀ ਕਿ ਮੇਰੀ ਤਾਂ ਸਰਕਾਰ ਨਹੀਂ ਸੀ। ਮੇਰੇ ਵੀਰੋ, ਪਿੰਡ ਦਾ ਸਰਪੰਚ ਬਣਦਾ, ਮੋਹਰ ਲਾਉਂਦਾ, ਮੋਹਰ ਨਾਲ ਕੰਮ ਹੋਈ ਜਾਂਦੇ, ਸਾਈਡ ਕਰਦਾ ਕੰਮ ਹੋਈ ਜਾਂਦੇ ਆ,
एमएलए हो गए सठ पिंड सारे पंजाब का एमएलए हो गए हाथ जा जदों कोई अक्षर लिखता है उदे चो विकास के किसी का फायदा निकलता है। मैं एमएलए रहा अपोजिशन रहा अपोजिशन के अंदर रहा मैं जो उठता मैनू पता है मैं लोगों की लड़ाई लड़ने वास्ते जो खड़ा हुंदा सी लोगों के हितों की लड़ाई वास्ते खड़ा हुंदा सीगा मैं पता है कि मैं रूलिंग पार्टी नालों वध अपने लोगों की आवाज सुनदा रहा कदे बिजली के बिल बढ़ गए कदे टैक्स लग गया कदे कोई आफत आ गई तो जस्सी साहब तो पहला बोले क्योंकि मैनू मेरे पिंडा की हमदर्दी सी ਡੋਰ ਟੂ ਡੋਰ ਬਹੁਤ ਵਧੀਆ ਚੱਲ ਰਿਹਾ ਲੋਕ ਬਹੁਤ ਮਦਦ ਕਰ ਰਹੇ ਹੈ ਹਰੇਕ ਭੈਣ ਭਾਈ ਕਹਿੰਦਾ ਜੱਸੀ ਦੀ ਲੜਾਈ ਨਹੀਂ ਸਾਡੀ ਸਾਰੀਆਂ ਪਾਰਟੀਆਂ ਦੇ ਚੰਗੇ ਚੰਗੇ ਬੰਦੇ ਸਾਰੀਆਂ ਪਾਰਟੀਆਂ ਦੇ ਕਹਿੰਦੇ ਜੱਸੀ ਤੂੰ ਲੜ ਸਾਡਾ ਸਾਂਝਾ ਨਹੀਂ ਪਾ ਰੋਡ ਸ਼ੋਅ ਅਸੀਂ ਸਾਰੇ ਵਰਕਰ ਕਿਉਂਕਿ ਉਹਦੇ 'ਚ ਕਈ ਵਾਰ ਕੋਈ ਜ਼ਿਆਦਾ ਮੋਟੀ ਟਾਈਪ ਖੱਬੇ ਸਾਂਝੇ ਹੋ ਜਾਂਦੇ ਮੁਸ਼ਕਲ ਆ ਜਾਂਦੀ ਰਹਿ ਕਰਾਂਗੇ ਰੋਡ ਸ਼ੋਅ ਸ਼ਾਇਦ ਨਾ ਕਰਕੇ ਅਸੀਂ ਉਹਨਾਂ ਸਾਰਿਆਂ ਨੂੰ ਘਰਾਂ 'ਚ ਜਾ ਕੇ ਇਸ ਨਾਲ ਹਰਮਿੰਦਰ ਜੱਸੀ ਜੀ ਜੋ ਕਿ ਹਲਕਾ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਲਗਾਤਾਰ ਸਾਨੂੰ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਫੋਨ ਵੀ ਆ ਰਹੇ ਨੇ ਅਤੇ ਸਮਰਥਨ ਵੀ ਮਿਲ ਰਿਹਾ ਹੈ ਅਤੇ ਚੋਣ ਦਾ ਜੋ ਉਹਨਾਂ ਦਾ ਦਾਅਵਾ ਹੈ ਕਿ ਆਉਣ ਵਾਲੇ ਪੈਸੇ ਦੇ ਵਿੱਚ ਉਹ ਪ੍ਰਾਪਤ ਕਰਨਗੇ ਨਗਰੇ ਨਾਲ ਜਾਣਾ ਨੀ ਕਰਦਾ ਪਿਆ ਉੜਦੇ ਆਸਾਣਾ ਨਗਰੇ ਨਾਲ ਜਾਣਾ ਨੀ ਕਰਦਾ ਪਿਆ ਉੜਦੇ ਆਸਾਣਾ ਉੱਥੇ ਵਰਤ ਗਿਆ ਨੀ ਪਾਣਾ ਮੈਂ ਕਿਹਾ ਵਰਤ ਗਿਆ ਨੀ ਪਾਣਾ ਸਦਾ ਉਪਰੋਂ ਆਇਆ ਨੀ ਛੱਡਦੀਆਂ ਨੂੰ ਮਾਰਦੀਆਂ ਦੇ ਬੋਲੀ ਪੂਰਾ ਹੋ ਗਿਆ ਤਾਇਆ ਨੀ ਛੱਡਦੀਆਂ ਨੂੰ ਛੱਡਦੀਆਂ ਦਾ ਕਿਹੜਾ ਪੂਰਾ ਹੋ ਗਿਆ ਤਾਇਆ ਨੀ ਛੱਡਦੀਆਂ ਨੂੰ